ਹਾਲਨਾਮਾ ਜਾਣੇ ਸਮੇਂ ਦੇ ਅਗੋਂ ਵਖਾਵਣਾ ਦੇ ਯਾਨੀ ਕਿ ਇਨਸਾਨ ਇਸ ਤਰ੍ਹਾਂ ਦਾ ਫਿਰ ਹੋ ਗਿਆ ਮਿਰਜ਼ਾ ਗਫੂਰ ਸਾਹਿਬ ਜੀ ਮਿਰਜ਼ਾ ਮੁਹੰਮਦ ਇਲਿਆਸ ਸਾਹਿਬ ਮਿਰਜ਼ਾ ਮੁਹੰਮਦ ਜ਼ਫਰ ਉਲ ਹਕ ਸਾਹਿਬ ਜੀ ਇਹਨਾਂ ਦਾ ਸਤਿਕਾਰ ਮਿਰਜ਼ਾ ਮੁਹੰਮਦ ਸ਼ਾਹ ਸਾਹਿਬ ਔਰ ਮਿਰਜ਼ਾ ਅਮਰ ਸਾਹਿਬ ਮਿਰਜ਼ਾ ਮੁਹੰਮਦ ਸਾਹਿਬ ਮਿਰਜ਼ਾ ਨਕੀਬ ਸਾਹਿਬ ਲੰਮੇ ਪੈਰ ਦਸਾਹ ਪੈ ਗਿਆ ਬੰਦਾ ਜਾਣੇ ਸਮਝਦਾ ਕਿਸੇ ਜਗਾਉਣਾ ਨਹੀਂ ਬੰਦਾ ਕਰ ਲਿਆ ਆਪਣਾ ਮਾਲਨਾਮਾ ਸਮਝਦਾ ਅਗਾਂ ਵਖਾਉਣਾ ਨਹੀਂ ਯਾਨੀ ਕਿ ਇਨਸਾਨ ਇੰਨਾ ਗਾਫਲ ਹੋ ਗਿਆ ਆਪਣੇ ਦੁਨਿਆਵੀ ਕੰਮਾਂ 'ਚ ਲੱਗ ਗਿਆ ਅੱਲਾਹ ਦੀ ਯਾਦ ਭੁੱਲ ਗਿਆ ਦਿਨ ਬ ਦਿਨ ਜਾ ਰਿਹਾ ਇਸ ਹਿਸਾਬ ਦੇ ਅੰਦਰ ਹੈ ਕਿ ਕਿਸੇ ਦਾ ਪੁੱਛਣਾ ਕਰਨਾ ਤੁਹਾਨੂੰ ਲੇਕਿਨ ਬੜਾ ਜਿਹੜਾ ਹਿਸਾਬ ਹੈਗਾ ਔਰ ਬੜੀਆਂ ਔਖੀਆਂ ਮੰਜ਼ਲਾਂ ਹੀ ਜਨਮੀ ਸਾਰੀ ਜ਼ਿੰਦਗੀ ਜਨਮ ਵਿੱਚ ਤੇ ਜਨਤੀ ਸਾਰੀ ਜ਼ਿੰਦਗੀ ਜਨਮ ਵਿੱਚ ਅੱਲਾਹ ਪਾਕ ਫਰਮਾਏ ਅਗਰ ਮੈਂ ਜਨਮ ਦੀ ਅੱਗ ਨਾ ਮੁਆਜ਼ਨਾ ਕਰਾਂ ਮੈਂ ਇਸ ਦੁਨੀਆਂ ਦੀ ਅੱਗ ਨਾਲ ਜੰਨਤ ਦੀ ਅੱਗ ਚ ਕੱਢੀ ਤੇ ਸਦੀਆਂ ਦੀ ਅੱਗ ਚ ਬੰਦੇ ਚ ਛੱਡ ਦਿਆਂ ਤੇ ਬੰਦਾ ਆਰਾਮ ਨਾਲ ਸੋ ਜਾ ਸਕੇ ਉਸਦੀ ਕੋਈ ਜੰਨਤ ਦੀ ਫੀਲਿੰਗ ਨਹੀਂ ਅੱਛੀ ਨਹੀਂ ਇਤਨੀ ਸਖ਼ਤ ਅੱਗ ਹੈ ਦੋਜ਼ਖ ਦੀ ਤੇ ਦੁਆ ਦੁਆ ਅੱਲਾਹ ਤਾਲਾ ਮਾੜੇ ਔਰ ਤੁਹਾਡੇ ਗੁਨਾਹਾਂ ਦੀ ਮਾਫ਼ ਫਰਮਾਉਣ ਆਪਣੇ ਰਹਿਮਤ ਨਾਲ ਮਾਮਲਾ ਫਰਮਾਨ ਜ਼ਿੰਦਗੀ ਇਸ ਤਰੀਕ ਨਾਲ ਜਾ ਰਹੀ ਜਿਸ ਤਰ੍ਹਾਂ ਰੇਲ ਗੱਡੀ ਗਾੜੀ ਮਾਰੀ ਤੇਜ ਰੇਲ ਦੇ ਵਾਂਗਰਾ ਉਮਰ ਜਾਂਦੀ ਇਹ ਜ਼ਿੰਦਗੀ ਵਿਸ਼ ਦੇ ਵਾਂਗਰਾ ਖੜੀ ਰਹਿਣੀ ਮਤਲਬ ਜ਼ਿੰਦਗੀ ਦੀ ਇਤਨੀ ਉਮਰ ਨਹੀਂ ਹੈ ਜਿੰਨੀ ਤਰੱਕਾ ਨਹੀਂ ਹੋਣੀ 400 ਸਾਲ 500 ਸਾਲ ਤੇਜ ਰੇਲ ਦੇ ਵਾਂਗਰਾ ਉਮਰ ਜਾਂਦੀ ਲਾਚਾਰ ਨਾ ਕੀਤੀਆਂ